ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਤਰਜ਼ ਤੇ ਸਮੁਤਾਣਾ ਸੰਤ ਬਾਬਾ ਅਤਰ ਸਿੰਘ ਜੀ ਦੇ ਅਸਥਾਨ ਸੰਗਰੂਰ ਵਿਖੇ ਜਿੱਥੇ ਸ਼੍ਰੀ ਦਰਬਾਰ ਸਾਹਿਬ ਦੀ ਨਕਲ ਤੇ ਬਣਾਈ ਗਈ ਇਮਾਰਤ ਜਿਸ ਤੇ ਬਸ ਸੋਹਣਾ ਲੱਗਣਾ ਬਾਕੀ ਹੈ, ਜਿਸ ਦੇ ਵਿਰੋਧ ਵਿੱਚ ਅੱਜ ਜਥੇਦਾਰ ਪੁਰਸ਼ੋਤਮ ਸਿੰਘ ਫੱਗੂਵਾਲਾ ਵੱਲੋਂ ਆਪਣੇ ਸਾਥੀਆਂ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਜਨਰਲ ਇਜਲਾਸ ਮੌਕੇ ਧਰਨਾ ਲਗਾਇਆ ਗਿਆ, ਜਿਸ ਵਿੱਚ ਜਥੇਦਾਰ ਪੁਰਸ਼ੋਤਮ ਸਿੰਘ ਫੱਗੂਵਾਲਾ ਵੱਲੋਂ ਦੱਸਿਆ ਗਿਆ ਕਿ ਕਿਸੇ ਵੀ ਕੀਮਤ ਤੇ ਸਾਡੇ ਵੱਲ ਸ਼੍ਰੀ ਦਰਬਾਰ ਸਾਹਿਬ ਦੀ ਨਕਲ ਤੇ ਬਣਾਈ ਗਈ ਇਮਾਰਤ ਦੇ ਖਿਲਾਫ ਅੱਜ ਉਹਨਾਂ ਵੱਲੋਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਬਾਹਰ ਧਰਨਾ ਲਗਾਇਆ ਗਿਆ ਹੈ ਤਾਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਬਾਰੇ ਸਖ਼ਤ ਨੋਟਿਸ ਲੈਂਦਿਆਂ ਇਸ ਤੇ ਰੋਕ ਲਾਵੇ। ਦਰਬਾਰ ਸਾਹਿਬ ਅੰਮ੍ਰਿਤਸਰ ਦੀ ਨਕਲ ਜਿਹੜੀ ਮਸਤਵਾਣਾ ਸਾਹਿਬ ਵਿਖੇ ਬਣ ਰਹੀ ਹੈ ਉਹ ਬੜੀ ਇੱਕ ਨਿੰਦਣਯੋਗ ਘਟਨਾ ਹੈ, ਕਿਉਂਕਿ ਸਿੱਖਾਂ ਲਈ ਡਿੱਠੇ ਸਵੇ ਤਾਂ ਨਹੀਂ ਤੁੱਧ ਜਿਹਾ। 2009 ਦੇ ਵਿੱਚ 10 ਪੁਰਸ਼ੋਤਮ ਸਿੰਘ ਫੱਗੂਵਾਲਾ ਸਿੱਖ ਜਥੇਬੰਦੀਆਂ ਦੇ ਸਾਥੀ ਸਹਿਯੋਗੀਆਂ ਦੇ ਨਾਲ ਸ਼੍ਰੀ ਕਲਤਾ ਸਾਹਿਬ 'ਤੇ ਪੇਸ਼ ਹੋਇਆ ਸੀ। ਉਸ ਸਮੇਂ ਦੇ ਕਲਤਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੇ ਸ਼੍ਰੀ ਕਲਤਾ ਸਾਹਿਬ ਤੋਂ ਇੱਕ ਹੁਕਮਨਾਮਾ ਜਾਰੀ ਕੀਤਾ ਸੀ ਵੀ ਮਸਤਵਾਣੇ ਦੀ ਧਰਤੀ ਦੇ ਉੱਤੇ ਜੋ ਬਿਲਡਿੰਗ ਬਣ ਰਹੀ ਹੈ ਉਸ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਹੂਬ ਹੂ ਨਕਲ ਹੈ। ਅੱਜ ਮੈਂ ਨਹੀਂ ਕਹਿੰਦਾ, ਗਿਆਨੀ ਗੁਰਬਚਨ ਸਿੰਘ ਜੀ ਸ਼੍ਰੀ ਕਲਤਾ ਸਾਹਿਬ ਦਾ ਹੁਕਮਨਾਮਾ ਕਹਿੰਦਾ ਕਿ ਮਸਤਵਾਣੇ ਦੀ ਧਰਤੀ ਦੇ ਉੱਤੇ ਜੋ ਬਿਲਡਿੰਗ ਬਣ ਰਹੀ ਹੈ ਉਹ ਹੂ ਹੂ ਦਰਬਾਰ ਸਾਹਿਬ ਦੀ ਨਕਲ ਹੈ। ਲੇਕਿਨ ਬੜੇ ਅਫਸੋਸ ਦੀ ਗੱਲ ਹੈ, 10 ਸਾਲ ਬੀਤ ਚੁੱਕੇ ਨੇ, 10 ਪੁਰਸ਼ੋਤਮ ਸਿੰਘ ਨੇ ਬੜੀ ਵਾਰੀ ਭਵਾਨੀਗੜ੍ਹ ਦੇ ਵਿੱਚ, ਮੇਰਾ ਡਿਸਟ੍ਰਿਕਟ ਸੰਗਰੂਰ ਹੈ, ਮੈਂ ਇੱਕ ਟੈਂਕੀ 'ਤੇ ਚੜ੍ਹ ਕੇ ਪ੍ਰੋਟੈਸਟ ਕੀਤਾ ਵੀ ਸ਼੍ਰੀ ਕਲਤਾ ਸਾਹਿਬ ਦਾ ਹੁਕਮਨਾਮਾ ਲਾਗੂ ਕਰੋ, ਦਰਬਾਰ ਸਾਹਿਬ ਦੀ ਨਕਲ ਕੋਈ ਵੀ ਸਿੱਖ ਬਰਦਾਸ਼ਤ ਨਹੀਂ ਕਰ ਸਕਦਾ। ਇਹਨਾਂ ਨੇ ਮੈਨੂੰ ਲਾਰਾ ਲਾਇਆ, ਮੱਕੜ ਸਾਹਿਬ ਨੇ, ਮੱਕੜ ਸਾਹਿਬ ਨੇ ਲਾਰਾ ਲਾਇਆ, ਲਾਰਾ ਲਾ ਕੇ ਕਹਿੰਦੇ ਵੀ ਬਹੁਤ ਜਲਦੀ ਇਸ ਮਸਲੇ ਦਾ ਹੱਲ ਕਰ ਲਿਆ ਜਾਵੇਗਾ। ਉਸ ਤੋਂ ਬਾਅਦ ਮੈਂ ਭਵਾਨੀਗੜ੍ਹ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਪੋਕੜਤਾਲ 'ਤੇ ਬੈਠਿਆ। ਚੌਥੇ ਦਿਨ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਨੇ ਮੈਨੂੰ ਹੁਕਮ ਕੀਤਾ, ਇੱਥੋਂ ਅਪੀਲ ਕੀਤੀ ਕਿ ਪੋਕੜਤਾਲ ਛੱਡੋ, ਸਾਨੂੰ ਇੱਕ ਮਹੀਨੇ ਦਾ ਸਮਾਂ ਦੇ ਦਿਓ। ਉਸ ਸਮੇਂ 4 ਮੈਂਬਰ ਕਰਨੈਲ ਸਿੰਘ ਜੀ ਪੰਜੋਲੀ, ਹਰਦੇਵ ਸਿੰਘ ਜੀ ਰੋਗਲਾ, ਭੁਪਿੰਦਰ ਸਿੰਘ ਭਲਵਾਨ, ਮਲਕੀਤ ਸਿੰਘ ਚਲੰਗਾਲ, ਇਹ ਮੇਰੇ ਕੋਲ ਭੇਜੇ ਅਤੇ ਇਹਨਾਂ ਨੇ ਮੇਰੀ ਪੋਕੜਤਾਲ ਛਡਾ ਦਿੱਤੀ ਇੱਕ ਮਹੀਨੇ ਦਾ ਵਾਅਦਾ ਕਰਕੇ। ਲੇਕਿਨ ਇੱਕ ਮਹੀਨੇ ਤੋਂ ਉਪਰੰਤ 18 ਮਹੀਨੇ ਬੀਤਣ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਦੇ 550 ਗੁਰਪੁਰਬ ਦੇ ਉੱਤੇ ਦਾਸ ਨੇ ਫਿਰ ਗੁਰਦੁਆਰਾ ਨਾਨਕਿਆਣਾ ਸਾਹਿਬ ਸੰਗਰੂਰ ਵਿਖੇ ਪੋਕੜਤਾਲ ਸ਼ੁਰੂ ਕੀਤੀ। ਲੇਕਿਨ ਉੱਥੇ ਮੇਰਾ ਕੋਈ ਪਤਾ ਲੈਣ ਨਹੀਂ ਗਿਆ ਇਹਨਾਂ 'ਚੋਂ, ਉੱਥੇ ਮੈਨੂੰ 5 ਸਿੰਘਾਂ ਨੇ ਹੁਕਮ ਕਰਕੇ ਮੇਰੀ ਪੋਕੜਤਾਲ ਛਡਾਈ, ਕਹਿੰਦੇ ਵੀ ਤੁਸੀਂ ਇਹ ਲੜਾਈ ਲੜੋ, ਦਰਬਾਰ ਸਾਹਿਬ ਦੀ ਨਕਲ ਹੈ ਜਿਹੜੀ ਉਹ ਨਹੀਂ ਹੋ ਸਕਦੀ, ਕੋਈ ਵੀ ਸਿੱਖ ਹੈ ਜਿਹੜਾ ਉਹ ਪ੍ਰਵਾਨ ਨਹੀਂ ਕਰ ਸਕਦਾ। ਅੱਜ ਜਿਹੜਾ ਮੇਰਾ ਮਸਲਾ, ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪੁੱਛਣ ਆਇਆ ਕਿ 2009 ਦੇ ਵਿੱਚ ਜਿਹੜਾ ਹੁਕਮਨਾਮਾ ਸ੍ਰੀ ਕਲਤਾ ਸਾਹਿਬ ਨੇ ਕੀਤਾ, ਕੀ ਤੁਸੀਂ ਉਹਨੂੰ ਮੰਨਦੇ ਨਹੀਂ? ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉੱਥੇ ਜਿਹੜਾ ਪ੍ਰਬੰਧਕ ਬੈਠਾ ਸਰਦਾਰ ਸੁਖਦੇਵ ਸਿੰਘ ਢੀਂਡਸਾ ਹੈ, ਉੱਥੇ ਕਰੋੜਾਂ ਰੁਪਏ ਦੀ ਆਮਦਨ ਹੈ, ਬਹੁਤ ਵੱਡਾ ਵਿੱਦਿਅਕ ਅਦਾਰੇ ਨੇ ਅਤੇ 400 ਏਕੜ ਦੇ ਕਰੀਬ ਜ਼ਮੀਨ ਹੈ, ਵੀ ਉਹ ਢੀਂਡਸਾ ਸਾਹਿਬ ਹਾਈ ਕੋਰਟ ਤੱਕ ਮੁਕੱਦਮੇ ਲੜ ਰਹੇ ਨੇ, ਸ਼੍ਰੋਮਣੀ ਕਮੇਟੀ ਜਿੱਤ ਚੁੱਕੀ ਹੈ, ਗੁਰਦੁਆਰਾ ਜੁਡੀਸ਼ਲ ਕਮਿਸ਼ਨ ਦੇ ਗੁਰਦੁਆਰਾ ਬੋਰਡ ਦੇ ਵਿੱਚੋਂ ਜਿੱਤ ਚੁੱਕੀ ਹੈ ਬਕਾਇਦਾ ਤੌਰ 'ਤੇ, ਅਤੇ ਲੇਕਿਨ ਢੀਂਡਸਾ ਸਾਹਿਬ ਉਹਦਾ ਕਬਜ਼ਾ ਕਿਉਂ ਨਹੀਂ ਛੱਡਦੇ? ਸ਼੍ਰੋਮਣੀ ਕਮੇਟੀ ਕਬਜ਼ਾ ਲੈਂਦੀ ਕਿਉਂ ਨਹੀਂ? ਸਾਡੀ ਅਪੀਲ ਇਹੀ ਹੈ ਜੀ ਵੀ ਘੱਟੋ ਘੱਟ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਹੈ ਜਿਹੜਾ ਲਾਗੂ ਕਰੇ, ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦਾ ਕੰਪਲੈਕਸ ਦਾ ਸਮੁੱਚੇ ਦਾ ਪ੍ਰਬੰਧ ਹੈ ਜਿਹੜਾ ਉਹ ਆਪਣੇ ਹੱਥ ਦੇ ਵਿੱਚ ਲਵੇ। ਅੱਜ ਦੀ ਰਣਨੀਤੀ ਮੈਂ ਦੇਖ ਰਿਹਾ ਜੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਮ ਇਜਲਾਸ ਹੋ ਰਿਹਾ, ਉਹ ਕੀ ਫੈਸਲਾ ਲੈਂਦੇ ਨੇ? ਕੀ ਇਸ ਸਾਰੇ ਮਾਮਲੇ ਨੂੰ ਇਗਨੋਰ ਮਾਰਦੇ ਨੇ ਜਾਂ ਦਾਸ ਦੀ ਗੱਲ ਅਤੇ ਮੇਰੇ ਸਾਥੀਆਂ ਦੀ ਗੱਲ ਸੁਣਨਗੇ? ਜੇ ਉਹਨਾਂ ਨੇ ਮੇਰੀ ਗੱਲ ਨਾ ਸੁਣੀ ਤਾਂ ਅਸੀਂ ਬਹੁਤ ਵੱਡੇ ਅਗਲੇ ਸੰਘਰਸ਼ ਦਾ ਐਲਾਨ ਕਰਕੇ ਤੁਰਾਂਗੇ ਇੱਥੋਂ, ਐਵੇਂ ਨਹੀਂ ਜਾਵਾਂਗੇ। ਅੰਮ੍ਰਿਤਸਰ ਤੋਂ ਹਨੀ ਮਹਿਰਾ, ਜੀਵੇ ਪੰਜਾਬ ਟੀਵੀ।